ਹੱਥਾਂ ਦੇ ਵਿੱਚ ਪਾਇਆ ਹੋਇਆ ਲਾਲ ਚੂੜਾ ਤੇ ਵੇਖਣ ਨੂੰ ਲੱਗਦੀ ਹੈ ਨਵੀਂ ਵਿਆਹੀ, ਪਰ ਕੀ ਕੋਈ ਜਾਣਦਾ ਇਹ ਨਵੀਂ ਵਿਆਹੀ ਨੇ ਆਪਣੇ ਪਿੱਛੇ ਆਪਣੇ ਭੇਸ ਦੇ ਵਿੱਚ ਲੁਕੋ ਰੱਖੀ ਹੈ ਇੱਕ ਬੱਚਾ ਚੋਰ ਨੇ। ਤਸਵੀਰਾਂ ਦੇ ਵਿੱਚ ਦੇਖ ਰੱਖੇ ਇਹ ਔਰਤ ਬਹੁਤ ਹੀ ਪੋਲੀ ਪਾਲੀ ਨਜ਼ਰ ਆ ਰਹੀ ਹੈ, ਪਰ ਇਹ ਔਰਤ ਬੱਚਾ ਚੋਰਨੀ ਹੈ ਜਿਸ ਨੇ ਕਿ ਗੁਰਦਾਸਪੁਰ ਦੇ ਇੱਕ ਹਸਪਤਾਲ ਦੇ ਵਿੱਚੋਂ ਬੀਤੇ ਦਿਨ ਕਿ ਇੱਕ ਨਵਜੰਮਿਆ ਬੱਚਾ ਚੋਰੀ ਕੀਤਾ। ਸ਼ਕਲ ਤੋਂ ਤਾਂ ਬਹੁਤ ਹੀ ਭੋਲੀ ਭਾਲੀ ਲੱਗਦੀ ਹੈ ਅਤੇ ਲੱਗਦਾ ਹੈ ਕਿ ਸ਼ਾਇਦ ਇਸ ਵਰਗਾ ਭੋਲਾ ਕੋਈ ਦੁਨੀਆਂ ਦੇ ਵਿੱਚ ਹੋਵੇ ਹੀ ਨਾ, ਪਰ ਇਸਨੇ ਬੱਚਾ ਚੋਰੀ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਭੋਲੇ ਪੰਛੀਆਂ ਦੇ ਪਿੱਛੇ ਇੱਕ ਵੱਡਾ ਖੌਫਨਾਕ ਚਿਹਰਾ ਜਿਹੜਾ ਛਿਪਿਆ ਹੁੰਦਾ। ਇਹ ਪੂਰਾ ਮਾਮਲਾ ਗੁਰਦਾਸਪੁਰ ਦਾ ਅਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਔਰਤ ਦਾ ਨਾਮ ਸਰਬਜੀਤ ਕੌਰ ਹੈ, ਇਸਦੇ ਪਤੀ ਦਾ ਨਾਮ ਯੋਧਾ ਲਾਲ ਹੈ ਅਤੇ ਕਿ ਵਾਸੀ ਪਿੰਡ ਧਿੰਦੋਲਾਲ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਦੱਸਦੇ ਤੁਹਾਨੂੰ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸਨੇ 10 ਅਕਤੂਬਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਬੇਬੇ ਨਾਨਕੀ ਵਾਰਡ ਤੋਂ 3 ਦਿਨ ਦਾ ਬੱਚਾ ਚੋਰੀ ਕੀਤਾ। ਇਸਦੇ ਖਿਲਾਫ ਮੁਕੱਦਮਾ ਨੰਬਰ 115 ਮਿਤੀ 8 ਤਰੀਕ ਨੂੰ ਜਿਹੜਾ ਹੈਗਾ ਹੋ ਚੁੱਕਿਆ, ਦਰਜ ਹੋ ਚੁੱਕਿਆ ਮੁਕੱਦਮਾ। ਜੁਰਮ 363 ਅਤੇ 365 ਦੇ ਆਧਾਰ ਦੇ ਉੱਤੇ ਪੂਰਾ ਮਾਮਲਾ ਦਰਜ ਹੋਇਆ। ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ। ਇਸ ਬਾਰੇ ਜੇਕਰ ਕਿਸੇ ਨੂੰ ਵੀ ਇਤਲਾਹ ਮਿਲਦੀ ਹੈ ਤਾਂ ਕਈ ਤਰ੍ਹਾਂ ਦੇ ਨੰਬਰ ਜਾਰੀ ਕੀਤੇ ਗਏ, ਭਾਵ ਜਿਹੜਾ ਵੀ ਵਿਅਕਤੀ ਜਿਹੜੀ ਵੀ ਔਰਤ ਇਸ ਔਰਤ ਦੇ ਬਾਰੇ ਸੂਚਨਾ ਦਿੰਦੀ ਹੈ ਉਸਨੂੰ ਇਨਾਮ ਵੀ ਦਿੱਤਾ ਜਾਏਗਾ, ਉਸ ਬਾਰੇ ਨੰਬਰ ਵੀ ਜਾਰੀ ਕੀਤੇ ਗਏ। ਕਿਉਂਕਿ ਔਰਤ ਜਿਹੜੀ ਹੈ ਪਿਛਲੇ ਕਈ ਦਿਨਾਂ ਤੋਂ ਨਹੀਂ ਮਿਲੀ, ਕਰੀਬ 4 ਤੋਂ 5 ਦਿਨ ਹੋ ਚੁੱਕੇ ਆ। ਇਸ ਔਰਤ ਦੇ ਵੱਲੋਂ 3 ਦਿਨਾਂ ਦਾ ਬੱਚਾ ਚੋਰੀ ਕੀਤਾ। ਇਸ ਔਰਤ ਦੀਆਂ ਤਸਵੀਰਾਂ CCTV ਦੇ ਵਿੱਚ ਵੀ ਕੈਦ ਹੋਈਆਂ ਅਤੇ ਇਸ ਔਰਤ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ, ਪਰ ਇਹ ਬੱਚਾ ਲੈ ਕੇ ਗਈ ਕਿੱਥੇ ਅਜੇ ਤੱਕ ਇਸ ਬਾਰੇ ਨਹੀਂ ਪਤਾ ਲੱਗ ਸਕਿਆ। ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਤਲਾਸ਼ ਕੀਤੀ ਜਾ ਰਹੀ ਹੈ, ਪਰ ਹੁਣ ਪੁਲਿਸ ਦੇ ਵੱਲੋਂ ਕੁਝ ਨੰਬਰ ਜਾਰੀ ਕੀਤੇ ਗਏ। ਇਸ ਔਰਤ ਦੀਆਂ ਤਸਵੀਰਾਂ ਥਾਂ ਥਾਂ ਦੇ ਉੱਤੇ ਲਗਾਈਆਂ ਗਈਆਂ ਤਾਂ ਜੋ ਕਿਸੇ ਨੂੰ ਵੀ ਜੇਕਰ ਸੂਹ ਮਿਲਦੀ ਹੈ ਤਾਂ ਇਸ ਬਾਰੇ ਦੱਸੇ ਅਤੇ ਨਾਲੇ ਮੋਟਾ ਇਨਾਮ ਪਾਓ ਅਤੇ ਨਾਲ ਹੀ ਨਾਲ ਪਰਿਵਾਰ ਵਾਲਿਆਂ ਦਾ ਬੱਚਾ ਵੀ ਜਿਹੜਾ ਵਾਪਸ ਮਿਲ ਸਕੇ। ਅਜਿਹੀਆਂ ਹੀ ਭੋਲੀਆਂ ਭਾਲੀਆਂ ਔਰਤਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੀਆਂ, ਜੋ ਬੱਚੇ ਚੋਰੀ ਕਰਦੀਆਂ। ਅਜਿਹੀ ਔਰਤ ਦਾ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਔਰਤ ਜਿਹੜੀ ਹੈ ਕਿਸੇ ਵੱਡੇ ਗਿਰੋਹ ਦੇ ਨਾਲ ਸੰਬੰਧਿਤ ਹੈ, ਤਾਂ ਹੀ ਇਸ ਵੱਲੋਂ ਬੱਚਾ ਚੋਰੀ ਕੀਤਾ ਗਿਆ, ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਇਸਦੀ ਕੋਈ ਆਪਣੀ ਔਲਾਦ ਨਹੀਂ ਸੀ ਜਿਸ ਕਰਕੇ ਇਸ ਵੱਲੋਂ ਬੱਚਾ ਚੋਰੀ ਕੀਤਾ ਗਿਆ। ਖੈਰ ਇਸ ਪੂਰੇ ਮਾਮਲੇ ਦੇ ਪਿੱਛੇ ਦਾ ਰਾਜ਼ ਕੀ, ਆਖਿਰਕਾਰ ਕਿਉਂ ਇਸਨੇ ਬੱਚਾ ਚੋਰੀ ਕੀਤਾ, ਇਹ ਤਾਂ ਖੈਰ ਇਸਦੇ ਮਿਲਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਦੇ ਵੱਲੋਂ ਨੰਬਰ ਵੀ ਜਾਰੀ ਕੀਤਾ ਅਤੇ ਨਾਲ ਕੀ ਨਾਲ ਇਸ ਔਰਤ ਦੀ ਭਾਲ ਵੀ ਜਿਹੜੀ ਲਗਾਤਾਰ ਹੀ ਕੀਤੀ ਜਾ ਰਹੀ ਹੈ।